6 साल कंप्लीट ने जी ते लगभग 3 महीने बाकी ने जी साडे। यूक्रेन दी सरकार वालों किन्ना सहयोग मिलिया, किस तरह तुसी आए? सानू ते उत्थे पूरा सहयोग मिलिया ते असी बसां राही बार्डर क्रॉस करके यूक्रेन तो हंगरी तो इंडिया आए। सानू यह खर्चा बिल्कुल यह इंडिया गवर्नमेंट वालों किया गया जी। ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ਕਲਾਂ ਵਿਖੇ ਜਿੱਥੇ ਮਾਸਟਰ ਬਲਦੇਵ ਸਿੰਘ ਦੇ ਲੜਕੇ ਦੀਪਿੰਦਰ ਸਿੰਘ ਜਿਹੜੇ ਕਿ ਪੜ੍ਹਾਈ ਕਰਨ ਦੇ ਲਈ ਯੂਕਰੇਨ ਗਏ ਹੋਏ ਸੀ, ਉਹ ਅੱਜ ਆਪਣੇ ਪਿੰਡ ਪਹੁੰਚੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹਨਾਂ ਨੂੰ ਆਉਣ ਦੇ ਵਿੱਚ ਜਾਂ ਉੱਥੇ ਕੀ ਦਿੱਕਤਾਂ ਆਈਆਂ। ਦੀਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਯੂਕਰੇਨ ਗਿਆ ਨੂੰ? 6 ਜੀ। 6 ਇਹ ਜਿਹੜਾ ਹੁਣ ਉੱਥੇ ਯੂਕਰੇਨ ਅਤੇ ਰਸ਼ੀਆ ਦੀ ਲੜਾਈ ਚੱਲ ਰਹੀ ਹੈ, ਉਹਦੇ ਬਾਰੇ ਤੁਸੀਂ ਉੱਥੇ ਤੁਹਾਨੂੰ ਕੀ ਪ੍ਰੋਬਲਮ ਆਈਆਂ? ਉਹਦੇ ਬਾਰੇ ਸਾਨੂੰ ਕੁਛ ਵੀ ਪ੍ਰੋਬਲਮ ਨਹੀਂ ਆਈ ਅਤੇ ਅਸੀਂ ਬੈਸਟ ਸਾਈਡ ਦੇ ਵਿੱਚ ਸੇਫ ਸੀ ਬਿਲਕੁਲ। ਤੁਸੀਂ ਮਤਲਬ ਵੀ ਜਿਹੜੀ ਲੜਾਈ ਵਾਲੀ ਜਗ੍ਹਾ ਹੈ ਉਦੋਂ ਕਾਫੀ ਦੂਰ ਸੀ? ਹਾਂਜੀ ਲਗਭਗ ਅਤੇ ਅਸੀਂ 1500 ਕਿਲੋਮੀਟਰ ਸੀ ਦੂਰ। 1500 ਕਿਲੋਮੀਟਰ ਤੁਹਾਡਾ ਜਿਹੜਾ ਕਾਲਜ ਯੂਨੀਵਰਸਿਟੀ ਸੀ ਉਹ ਕਾਫੀ ਦੂਰ ਸੀ? ਠੀਕ ਹੈ। ਤੁਹਾਨੂੰ ਜਾਣੀ ਇਸ ਜਿਹੜੀ ਗੋਲਾਬਾਰੀ ਉੱਥੇ ਚੱਲ ਰਹੀ ਹੈ, ਰੋਜ਼ ਇੱਥੇ ਖਬਰਾਂ 'ਚ ਟੀਵੀਆਂ 'ਚ ਆਪਾਂ ਦੇਖਦੇ ਹਾਂ ਵੀ ਇੰਨੀ ਭਿਆਨਕ ਲੜਾਈ ਚੱਲ ਰਹੀ ਹੈ, ਤੁਹਾਡਾ ਏਰੀਆ ਜਾਣੀ ਪੂਰਾ ਸੇਫ ਸੀ? ਹਾਂਜੀ ਸੇਫ ਸੀ, ਪੂਰਾ ਸੇਫ ਸੀ। ਤੁਹਾਡੀ ਜਿਹੜੀ ਪੜ੍ਹਾਈ ਹੈ, ਪੜ੍ਹਾਈ ਦੇ ਤੁਹਾਡੇ ਕਿੰਨੇ ਸਾਲ ਪੂਰੇ ਹੋ ਚੁੱਕੇ ਅਤੇ ਕਿੰਨੀ ਕੁ ਪੜ੍ਹਾਈ ਤੁਹਾਡੀ ਅਜੇ ਬਾਕੀ ਹੈ? 6 ਕੰਪਲੀਟ ਨੇ ਜੀ ਅਤੇ ਲਗਭਗ 3 ਮਹੀਨੇ ਬਾਕੀ ਨੇ ਜੀ ਸਾਡੇ। 3 ਮਹੀਨੇ ਬਾਕੀ ਨੇ। ਅੱਛਾ, ਹੁਣ ਜਦੋਂ ਇਹ ਉੱਥੋਂ ਆਪਣੀ ਸਰਕਾਰ ਕਹਿ ਰਹੀ ਹੈ, ਇੰਡੀਆ ਦੀ ਗੌਰਮੈਂਟ ਕਹਿ ਰਹੀ ਹੈ ਵੀ ਜਿੰਨੇ ਵਿਦਿਆਰਥੀ ਨੇ ਉਹ ਸਾਰੇ ਵਾਪਸ ਆ ਜਾਣ, ਤਾਂ ਤੁਹਾਨੂੰ ਵਾਪਸ ਆਉਣ ਵੇਲੇ ਇੰਡੀਆ ਦੀ ਗੌਰਮੈਂਟ ਵੱਲੋਂ ਯੂਕਰੇਨ ਦੀ ਸਰਕਾਰ ਵੱਲੋਂ ਕਿੰਨਾ ਕੁ ਸਹਿਯੋਗ ਮਿਲਿਆ, ਕਿਸ ਤਰ੍ਹਾਂ ਤੁਸੀਂ ਆਏ? ਸਾਨੂੰ ਤਾਂ ਉੱਥੇ ਪੂਰਾ ਸਹਿਯੋਗ ਮਿਲਿਆ ਅਤੇ ਅਸੀਂ ਬੱਸਾਂ ਰਾਹੀਂ ਬਾਰਡਰ ਕ੍ਰੋਸ ਕਰਕੇ ਯੂਕਰੇਨ ਤੋਂ ਹੰਗਰੀ ਤੋਂ ਇੰਡੀਆ ਆਏ ਜੀ। ਕੋਈ ਸਾਨੂੰ ਮਤਲਬ ਜਿਹੜੀ ਬੱਸ ਦੀ ਸਹੂਲਤ ਤੀ ਜਾਂ ਤੁਹਾਨੂੰ ਮੁਫ਼ਤ ਮਿਲੀ ਜਾਂ ਤੁਹਾਡੇ ਤੋਂ ਵੱਧ ਚਾਰਜ ਕੀਤਾ ਗਿਆ? ਸਾਥੋਂ ਉੱਥੇ ਕੋਈ ਵੀ ਚਾਰਜ ਨਹੀਂ ਕੀਤਾ ਗਿਆ ਜੀ ਅਤੇ ਅਸੀਂ ਬਿਲਕੁਲ ਸੇਫ ਅਤੇ ਆਪਣੇ ਘਰ ਆਏ। ਤੁਹਾਨੂੰ ਜਿਹੜਾ ਮਤਲਬ ਵੀ ਖਰਚਾ ਵਗੈਰਾ ਤੁਹਾਡੀ ਯੂਨੀਵਰਸਿਟੀ ਨੇ ਕੀਤਾ ਜਾਂ ਯੂਕਰੇਨ ਦੀ ਗੌਰਮੈਂਟ ਨੇ ਕੀਤਾ ਜਾਂ ਇੰਡੀਆ ਦੀ ਗੌਰਮੈਂਟ ਨੇ ਕੀਤਾ? ਸਾਨੂੰ ਇਹ ਖਰਚਾ ਬਿਲਕੁਲ ਇਹ ਇੰਡੀਆ ਗੌਰਮੈਂਟ ਵੱਲੋਂ ਕੀਤਾ ਗਿਆ ਜੀ। ਜਦੋਂ ਤੁਸੀਂ ਦਿੱਲੀ ਏਅਰਪੋਰਟ 'ਤੇ ਪਹੁੰਚੇ ਸਾਨੂੰ ਪਤਾ ਲੱਗਿਆ ਵੀ ਜਿਹੜੇ ਪੰਜਾਬ ਦੇ ਵਿਦਿਆਰਥੀ ਨੇ ਉੱਥੇ, ਬਾਕੀ ਸਟੇਟਾਂ ਦੇ ਵਿਦਿਆਰਥੀ ਨੇ, ਬਾਕੀ ਸਟੇਟਾਂ ਦੇ ਵਿਦਿਆਰਥੀਆਂ ਨੂੰ ਉੱਥੋਂ ਦੀਆਂ ਜਿਹੜੀਆਂ ਸਟੇਟ ਗੌਰਮੈਂਟਾਂ ਨੇ ਉਹਨਾਂ ਦੇ ਮੰਤਰੀ ਉਹਨਾਂ ਦੇ ਅਫਸਰ ਲੈਣ ਗਏ ਨੇ, ਕੀ ਪੰਜਾਬ ਸਰਕਾਰ ਦਾ ਕੋਈ ਵਜ਼ੀਰ ਕੋਈ ਅਫਸਰ ਤੁਹਾਨੂੰ ਲੈਣ ਵਾਸਤੇ ਦਿੱਲੀ ਏਅਰਪੋਰਟ 'ਤੇ ਗਿਆ, ਕੋਈ ਮਦਦ ਕੀਤੀ? ਨਾ ਜੀ, ਅਤੇ ਉੱਥੇ ਕੋਈ ਵੀ ਨਹੀਂ ਗਿਆ ਜੀ ਅਤੇ ਸਾਨੂੰ ਮਦਦ ਲਈ ਦਿੱਲੀ ਲਈ। ਦੀਪਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਦਿੱਲੀ ਏਅਰਪੋਰਟ ਤੋਂ ਰਿਸੀਵ ਕਰਨ ਵਾਸਤੇ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਵਿਧਾਇਕ ਜਾਂ ਕੋਈ ਅਫਸਰ ਸਾਨੂੰ ਰਿਸੀਵ ਕਰਨ ਲਈ ਦਿੱਲੀ ਏਅਰਪੋਰਟ 'ਤੇ ਨਹੀਂ ਗਿਆ। ਇਹ ਅੱਜ ਆਪਣੇ ਪਿੰਡ ਪਹੁੰਚੇ ਨੇ, ਇਹਨਾਂ ਨੇ ਸਾਨੂੰ ਗੱਲਬਾਤ ਦੌਰਾਨ ਦੱਸਿਆ ਕਿ ਜਿੱਥੇ ਮੈਂ ਪੜ੍ਹਦਾ ਸੀ, ਦੀਪਿੰਦਰ ਜਿੱਥੇ ਪੜ੍ਹਦਾ ਸੀ, ਉੱਥੋਂ ਦੇ ਹਾਲਾਤ ਨੇ ਜਿਹੜੇ ਉਹ ਠੀਕ ਨੇ, ਉੱਥੇ ਕੋਈ ਗੋਲੀਬਾਰੀ ਨਹੀਂ ਸੀ, ਪਰ ਦੇਸ਼ ਦੇ ਵਿੱਚ ਯੁੱਧ ਲੱਗਿਆ ਹੋਣ ਕਰਕੇ ਉੱਥੋਂ ਸਾਰੇ ਬੱਚਿਆਂ ਨੂੰ ਮਤਲਬ ਇੰਡੀਆ ਗੌਰਮੈਂਟ ਨੇ ਆਪਣੇ ਦੇਸ਼ ਪਰਤਣ ਲਈ ਕਿਹਾ ਸੀ, ਇਹ ਤਾਂ ਇੱਥੇ ਪਹੁੰਚੇ ਨੇ। ਅਜੀਤ ਵੈਬ ਦੇ ਲਈ ਕੈਮਰਾਮੈਨ ਮੇਘਰਾਜ ਦੇ ਨਾਲ ਦਰਸ਼ਨ ਸਿੰਘ ਖੇੜੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ।
ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ